ਜੇ ਤੁਸੀਂ ਸੰਤਾਂ ਦੀ ਸੋਚ ਨੂੰ ਲੈ ਕੇ ਚੱਲਦੇ ਹੋ ਤਾਂ ਉੱਥੇ ਤਾਂ ਖਾਲਿਸਤਾਨ ਮੁੱਖ ਮੰਗ ਨਹੀਂ ਹੈ ਅਤੇ ਤੁਸੀਂ ਖਾਲਿਸਤਾਨ ਤੋਂ ਬਿਨਾਂ ਕੌਮੀ ਘਰ ਤੋਂ ਬਿਨਾਂ ਗੱਲ ਕੋ ਪ੍ਰਵਾਨ ਹੀ ਨਹੀਂ ਕਰਦੇ। ਜਿਸ ਦਿਨ ਸੰਤ ਜਰਨੈਲ ਸਿੰਘ ਜੀ 6 ਤਰੀਕ ਸਵੇਰੇ ਸ਼ਹੀਦ ਹੋਏ ਨੇ ਜੀ, ਉਸ ਦਿਨ ਨੂੰ ਅਸੀਂ ਖਾਲਿਸਤਾਨ ਦੀ ਨੀਂਹ ਦਾ ਦਿਨ ਮੰਨਦੇ ਹਾਂ। ਉਹ ਦਿਨ ਬਹੁਤ ਜਲਦ ਆਏਗਾ ਜਿਸ ਦਿਨ ਅਸੀਂ ਫਿਰ ਦੁਬਾਰਾ ਇੱਕ ਆਜ਼ਾਦ ਬਾਦਸ਼ਾਹੀ ਖਾਲਿਸਤਾਨ ਸੋਵਰਨ ਸਿੱਖ ਸਟੇਟ ਦੇ ਮਤਲਬ ਕਿ ਸੇਵਕ ਹੋਵਾਂਗੇ। ਕਦੀ ਐਸਾ ਵੀ ਵਕਤ ਆ ਸਕਦਾ ਕਿਸੇ ਅਹੁਦੇ ਦੀ ਖਾਤਰ ਜਾਂ ਕਿਸੇ ਵੱਡੇ ਲਾਲਚ ਦੀ ਖਾਤਰ ਤੁਸੀਂ ਖਾਲਿਸਤਾਨ ਦਾ ਖਿਆਲ ਛੱਡ ਵੀ ਸਕਦੇ ਹੋ? ਇਹ ਤੁਸੀਂ ਮੈਨੂੰ ਪੁੱਛਦੇ ਹੋ ਕਿ ਮੇਰੀ ਪਾਰਟੀ ਨੂੰ ਪੁੱਛਦੇ? ਮੈਂ ਤੁਹਾਨੂੰ ਪੁੱਛ ਰਿਹਾ ਹਾਂ। ਆਪਣਾ ਫਾਰਮ ਛਡਾਇਆ ਨਹੀਂ ਜਾ ਰਿਹਾ, ਗੱਲਾਂ ਅਸੀਂ ਖਾਲਿਸਤਾਨ ਲੈਣ ਦੀਆਂ ਕਰਦੇ ਪਏ ਹਾਂ। 36 ਸਾਲ ਹੋ ਗਏ ਅੱਜ, ਅਤੇ ਦਿੱਲੀ 'ਚ ਜਿਹੜਾ ਸਾਡੀਆਂ ਕੁੜੀਆਂ ਨਾਲ ਬਲਾਤਕਾਰ ਹੋਏ ਨੇ ਸ਼ਰੇਆਮ ਬਾਜ਼ਾਰਾਂ ਦੇ ਵਿੱਚ, ਇਹ ਕਿਸੇ ਪਹਿਲੇ ਦਰਜੇ ਦੇ ਸ਼ਹਿਦ ਨਾਲ ਹੋ ਸਕਦਾ? ਜਿਸ ਦਿਨ ਸਾਡੇ ਲੋਕਾਂ ਦੇ ਵਿੱਚ 30-40% ਲੋਕਾਂ ਵਿੱਚ ਵੀ ਜਾਗਰਤੀ ਆ ਗਈ, ਦ੍ਰਿੜਤਾ ਵਾਲੀ, ਸ਼ਾਂਤੀਪੂਰਨ ਰਹਿ ਕੇ ਆਪਣੇ ਹੱਕ ਖਾਲਿਸਤਾਨ ਦੀ ਗੱਲ ਕਰਨ ਦੀ, ਤੁਸੀਂ ਮੇਰੀ ਗੱਲ ਯਾਦ ਰੱਖਿਓ, ਮੈਂ ਹੋਵਾਂ ਜਾਂ ਨਾ ਹੋਵਾਂ ਉਸ ਦਿਨ ਆ ਸਰਕਾਰ ਤੁਰ ਕੇ ਆਊਗੀ ਤੁਹਾਨੂੰ ਰਾਜ ਦੇਣ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ, ਕੋਈ ਨਾ ਕੋਈ ਮੁੱਦਾ ਲੈ ਕੇ ਦਿਨ ਚੱਲਦੇ ਨੇ ਜੂਨ 1984 ਦੇ ਨਾਲ ਰਿਲੇਟਡ। ਜੋ ਜੂਨ 1984 ਦੇ ਵਿੱਚ ਹੋਇਆ ਉਹ ਦਿਨ ਚੱਲਦੇ ਨੇ ਜੂਨ ਮਹੀਨੇ ਦੇ, ਅਤੇ ਤੁਹਾਨੂੰ ਵੀ ਪਤਾ ਜਦੋਂ ਦਰਦਾਂ ਦੀ ਗੱਲ ਚੱਲਦੀ ਹੋਵੇ ਤਾਂ ਗੱਲਾਂ ਦਰਦ ਬੜੇ ਲੰਬੇਰੇ ਹੋ ਜਾਂਦੇ ਨੇ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਿਨ੍ਹਾਂ ਨੂੰ ਪਹਿਲੀ ਇੰਟਰਵਿਊ ਦੇ ਵਿੱਚ ਮੇਰਾ ਸਵਾਲ ਸੀ ਕਿ ਇਹ ਦੱਸੋ ਵੀ ਇਸ ਸੰਘਰਸ਼ ਦੀ ਗੱਲ ਕਰਨ ਲੱਗੇ ਹੋ, ਇਸ ਸੰਘਰਸ਼ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ, ਕੀ ਤੁਹਾਡਾ ਨਾਤਕ ਹੈ, ਕੀ ਤੁਹਾਡੀ ਦੇਣ ਹੈ ਹੁਣ ਤੱਕ ਦੀ? ਅਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਸੀ। ਅਸਲ ਦੇ ਵਿੱਚ ਆਪਾਂ ਇੱਥੋਂ ਸਵਾਲ ਪਹਿਲਾਂ ਆਰੰਭ ਕੀਤਾ ਸੀ ਕਿ ਇਹ 1984 ਦਾ ਅਟੈਕ ਜੋ ਦਰਬਾਰ ਸਾਹਿਬ ਦੇ ਉੱਪਰ ਹੋਇਆ, ਇਹ ਪ੍ਰੀ ਪਲਾਨ ਸੀ ਜਾਂ ਅਚਨਚੇਤ ਕੋਈ ਕਾਰਵਾਈ ਸੀ? ਉਹਦੇ ਵਿੱਚ ਅਸੀਂ ਅੱਗੇ ਚੱਲਦੇ 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 ਅੱਜ ਆਪਣੇ 5ਵੇਂ ਐਪੀਸੋਡ ਤੱਕ ਅਪੜੇ ਹਾਂ, ਅਤੇ ਇਹਦੇ ਵਿੱਚ ਅੱਜ ਮੇਰੇ ਮਨ ਦੇ ਵਿੱਚ ਜੋ ਸਵਾਲ ਆਏ ਨੇ ਪ੍ਰੋਫੈਸਰ ਸਾਹਿਬ ਨੂੰ ਪੁੱਛਣ ਲੱਗਾ ਮੈਂ। ਆਓ ਸਭ ਤੋਂ ਪਹਿਲਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਅਸੀਂ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮਨ ਦੇ ਵਿੱਚ ਸਵਾਲ ਆ ਰਿਹਾ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਜੂਨ 1984 ਦੀ, ਅਤੇ ਗੱਲ ਇਸ ਤੋਂ ਵੀ ਪਿੱਛੇ ਚੱਲਦੀ ਹੈ ਧਰਮ ਯੁੱਧ ਮੋਰਚੇ ਦੀ। ਹੁਣ ਜੇ ਧਰਮ ਯੁੱਧ ਮੋਰਚੇ ਦੀ ਗੱਲ ਕਰਾਂ ਤਾਂ ਧਰਮ ਯੁੱਧ ਮੋਰਚੇ ਵਿੱਚ ਖਾਲਿਸਤਾਨ ਮੁੱਖ ਮੰਗ ਨਹੀਂ ਹੈ, ਕਿਸੇ ਰੂਪ ਦੇ ਵਿੱਚ ਵੀ ਦੇਖਾਂ ਤਾਂ ਖਾਲਿਸਤਾਨ ਮੁੱਖ ਮੰਗ ਨਹੀਂ ਹੈ। ਪਰ ਜੇ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਕਹਿੰਦੇ ਹੋ ਵੀ ਅਸੀਂ ਖਾਲਿਸਤਾਨ ਦੇ ਨਾਮ 'ਤੇ ਅੜਦੇ ਵੀ ਹਾਂ, ਫਿਰ ਤੁਸੀਂ ਕਹਿੰਦੇ ਸੰਤਾਂ ਦੀ ਸੋਚ ਨੂੰ ਵੀ ਲੈ ਕੇ ਚੱਲਦੇ ਹਾਂ, ਜੇ ਤੁਸੀਂ ਸੰਤਾਂ ਦੀ ਸੋਚ ਨੂੰ ਲੈ ਕੇ ਚੱਲਦੇ ਹੋ ਤਾਂ ਉੱਥੇ ਤਾਂ ਖਾਲਿਸਤਾਨ ਮੁੱਖ ਮੰਗ ਨਹੀਂ ਹੈ, ਅਤੇ ਤੁਸੀਂ ਖਾਲਿਸਤਾਨ ਤੋਂ ਬਿਨਾਂ ਕੌਮੀ ਘਰ ਤੋਂ ਬਿਨਾਂ ਗੱਲ ਕੋ ਪ੍ਰਵਾਨ ਹੀ ਨਹੀਂ ਕਰਦੇ, ਅਤੇ ਇਹ ਬਾਬਾ ਜਰਨੈਲ ਸਿੰਘ ਦੇ ਨਾਲ ਇਨਸਾਫ ਹੋ ਰਿਹਾ? ਹਾਂਜੀ, ਤੁਸੀਂ ਬਹੁਤ ਹੀ ਇੱਕ ਤਾਂ ਵਕਤ ਮੁਤਾਬਕ ਅਤੇ ਇੱਕ ਲੋਕਾਂ ਦੀ ਜਗਿਆਸਾ ਦੇ ਮੁਤਾਬਕ ਸਵਾਲ ਪੁੱਛਿਆ, ਮੈਨੂੰ ਬਹੁਤ ਤਸੱਲੀ ਹੋਈ ਹੈ ਇਹਦਾ ਜਵਾਬ ਦੇਣ ਲਈ ਕਿ ਜਿਹੜਾ ਤੁਸੀਂ ਸੰਤ ਜਰਨੈਲ ਸਿੰਘ ਜੀ ਦਾ ਅਤੇ ਧਰਮ ਯੁੱਧ ਮੋਰਚੇ ਦਾ ਜਿਹੜੀ ਗੱਲ ਕੀਤੀ ਹੈ ਉੱਥੇ ਤੱਕ ਤਾਂ ਤੁਸੀਂ ਬਿਲਕੁਲ ਠੀਕ ਸਵਾਲ ਕੀਤਾ ਹੈ ਜੀ ਕਿ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਅਤੇ ਚੱਲ ਰਿਹਾ ਸੀ ਜੀ, ਉਹਦੇ ਵਿੱਚ ਜਿੰਨੀਆਂ ਵੀ ਸਪੀਚਿਸ ਹੋਈਆਂ, ਖਾਸ ਕਰ ਆਪਾਂ ਸੰਤ ਜਰਨੈਲ ਸਿੰਘ ਜੀ ਦੀਆਂ ਜੇ ਸਪੀਚਾਂ ਦੀ ਗੱਲ ਸੁਣੀਏ ਤਾਂ ਉਹਦੇ ਵਿੱਚ ਸਿੱਧੇ ਰੂਪ 'ਚ ਉਹਨਾਂ ਨੇ ਖਾਲਿਸਤਾਨ ਦੀ ਮੰਗ ਨੂੰ ਕਦੇ ਬਹੁਤਾ ਕੰਸਨਟ੍ਰੇਟ ਨਹੀਂ ਕੀਤਾ। ਹਾਲਾਂਕਿ ਉਹਨਾਂ ਨੇ ਆਪਣੀਆਂ ਸਾਰੀਆਂ ਹੀ ਜਿਹੜੀਆਂ ਸਪੀਚਸ ਸੀ ਉਹਦੇ ਵਿੱਚ ਇਹ ਜ਼ਰੂਰ ਕਿਹਾ ਕਿ ਅਸੀਂ ਗੁਲਾਮ ਹਾਂ ਅਤੇ ਅਸੀਂ ਗੁਲਾਮੀ ਦੇ ਮੁਤਾਬਕ ਜੀਵ ਨਹੀਂ ਸਕਦੇ, ਕਿਉਂਕਿ ਗੁਲਾਮੀ ਦਾ ਦੂਜਾ ਪਲੜਾ ਆਜ਼ਾਦੀ ਹੁੰਦਾ ਹੈ, ਦੂਜਾ ਪਾਸਾ ਆਜ਼ਾਦੀ ਹੁੰਦਾ ਹੈ। ਪਰ ਉਹਨਾਂ ਨੇ ਆਜ਼ਾਦੀ ਦੀ ਗੱਲ ਨੂੰ ਐਂ ਕਿਹਾ ਕਿ ਅਸੀਂ 47 ਵਾਲੀ ਗਲਤੀ ਦੁਬਾਰਾ ਨਹੀਂ ਕਰਾਂਗੇ, ਜੇ ਦੇਣਗੇ ਤਾਂ ਅਸੀਂ ਲੈ ਲਾਂਗੇ, ਇਹ ਫੈਸਲਾ ਇੰਦਰਾ ਗਾਂਧੀ ਨੇ ਕਰਨਾ, ਮੈਂ ਨਹੀਂ ਕਰਨਾ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਖਾਲਿਸਤਾਨ ਬਾਰੇ, ਇਹ ਗੱਲ ਪਹਿਲਾਂ, ਪਰ ਇੱਕ ਸਮਾਂ ਐਸਾ ਵੀ ਆਇਆ ਹਜੇ ਅਟੈਕ ਨਹੀਂ ਸੀ ਹੋਇਆ, ਹਜੇ ਧਰਮ ਯੁੱਧ ਮੋਰਚਾ ਚੱਲ ਹੀ ਰਿਹਾ ਸੀ, ਤਾਂ ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਕਹੀ ਸੀ ਕਿ ਵੈਸੇ ਤਾਂ ਅਸੀਂ ਖਾਲਿਸਤਾਨ ਨਹੀਂ ਮੰਗਦੇ, ਪਰ ਜੇ ਦੇਣਗੇ ਅਸੀਂ ਲੈ ਲੈਂਦੇ ਹਾਂ। ਪਰ ਇੱਕ ਗੱਲ ਕਹਿੰਦੇ ਮੈਂ ਸਪਸ਼ਟ ਰੂਪ ਵਿੱਚ ਕਹਿ ਦੇਣਾ, ਇਹ ਉਹਨਾਂ ਦੀਆਂ ਕੈਸਟਾਂ ਵਿੱਚ ਵੀ ਹੈ, ਉਹਨਾਂ ਦੀਆਂ ਸਪੀਚਸ ਵਿੱਚ ਵੀ ਹੈ, ਇੱਕ ਗੱਲ ਮੈਂ ਬਿਲਕੁਲ ਸਪਸ਼ਟ ਕਹਿ ਦਿੰਦਾ ਕਿ ਜੇਕਰ ਹਿੰਦੁਸਤਾਨ ਦੀ ਫੌਜ ਚੜ੍ਹ ਕੇ ਦਰਬਾਰ ਸਾਹਿਬ 'ਤੇ ਅਟੈਕ ਕਰਨ ਲਈ ਆਏਗੀ
ਤਾਂ ਉਸ ਦਿਨ ਪੱਕੇ ਤੌਰ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਤੇ ਦੁਨੀਆ ਦੇਖੇਗੀ ਕਿ ਫਿਰ ਇੱਕ ਕੈਸਾ ਦੇਸ਼ ਬਣਦਾ ਹੈ। ਇਹ ਲਫ਼ਜ਼ ਵੀ ਉਹਨਾਂ ਸੰਤ ਜਰਨੈਲ ਸਿੰਘ ਜੀ ਦੇ ਉਹਨਾਂ ਸਮਿਆਂ ਦੇ ਹੀ ਨੇ, ਕਿਉਂਕਿ ਉਸ ਤੋਂ ਬਾਅਦ ਤਾਂ ਉਹ ਸ਼ਹੀਦ ਹੋ ਗਏ। ਸੋ ਮੈਂ ਇਹ ਜ਼ਰੂਰ ਕਹਿੰਦਾ ਕਿ 3 ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਅਟੈਕ ਸੀ, ਵੈਸੇ ਤਾਂ 1 ਜੂਨ ਤੋਂ ਮਿਲਟਰੀ ਨੇ ਐਕਸ਼ਨ ਕਰਨਾ ਸ਼ੁਰੂ ਕਰਤਾ ਸੀ ਸਿੱਧੇ ਰੂਪ 'ਚ ਗੋਲੀ ਸਿੱਕੇ ਦੇ ਹਿਸਾਬ ਨਾਲ, ਪਰ 3 ਤੇ 6 ਤਰੀਕ ਦਾ ਜਿਹੜਾ ਇਹ 72 ਘੰਟੇ ਨੇ ਜੀ, ਇਹਦੇ ਵਿੱਚ ਮੁਕਾਬਲਾ ਵੀ ਡਟ ਕੇ ਹੋਇਆ ਤੇ ਅਟੈਕ ਵੀ ਬਹੁਤ ਭਾਰੀ ਹੋਇਆ। ਸੋ ਉਹਨਾਂ ਦਿਨਾਂ ਨੂੰ ਮੁੱਖ ਰੱਖ ਕੇ, ਖਾਸ ਕਰ ਜਿਸ ਦਿਨ ਸੰਤ ਜਰਨੈਲ ਸਿੰਘ ਜੀ 6 ਤਰੀਕ ਸਵੇਰੇ ਸ਼ਹੀਦ ਹੋਏ ਨੇ ਜੀ, ਉਸ ਦਿਨ ਨੂੰ ਅਸੀਂ ਖਾਲਿਸਤਾਨ ਦੀ ਨੀਂਹ ਦਾ ਦਿਨ ਮੰਨਦੇ ਹਾਂ। ਤਾਂ ਕਰਕੇ ਇਹ ਕਹਿੰਦੇ ਹਾਂ ਵੀ ਹਾਂ, ਉਸ ਦਿਨ ਤੋਂ ਪਹਿਲਾਂ ਜਾਂ 1 ਜੂਨ ਤੋਂ ਪਹਿਲਾਂ ਜੇ ਕੋਈ ਨੈਗੋਸ਼ੀਏਬਲੀ ਗੱਲ ਹੋ ਜਾਂਦੀ ਜੀ, ਤਾਂ ਅਸੀਂ ਖਾਲਿਸਤਾਨ ਦੇ ਬਾਰੇ ਮੁੜ ਵਿਚਾਰ ਕਰ ਸਕਦੇ ਸੀ। ਪਰ ਹੁਣ ਸੰਤ ਸ਼ਹੀਦ ਹੋ ਗਏ ਨੇ, ਸਾਡੇ ਸੋਵਰਨ, ਸਾਡੇ ਤਖ਼ਤ ਉੱਤੇ ਬੰਬਾਰਮੈਂਟ ਹੋ ਕੇ ਉਹਨੂੰ ਢਾਣ ਤੇ ਖਤਮ ਕਰਨ ਦੀ ਕੋਸ਼ਿਸ਼ ਹੋਈ ਹੈ, ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਨ ਯੋਗ ਨਹੀਂ। ਅਤੇ ਸੰਤ ਜਰਨੈਲ ਸਿੰਘ ਦੇ ਜਿਹੜੇ ਅਖੀਰਲੇ ਬਚਨ ਨੇ ਉਹਦੇ 'ਤੇ ਪਹਿਰਾ ਦਿੰਦੇ ਹੋਏ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਵੀ ਕੁਝ ਤਰ੍ਹਾਂ ਹਨ ਜਿਹੜੀਆਂ ਖਾਲਿਸਤਾਨ ਦੀ ਗੱਲ ਜਿਹੜੀ ਆ ਬੜੀ ਦ੍ਰਿੜਤਾ ਨਾਲ ਕਰਦੀਆਂ ਨੇ। ਅਤੇ ਅਸੀਂ ਬਿਲਕੁਲ ਸ਼ੋਰ ਹਾਂ ਕਿ ਕੋਈ ਵੀ ਰਾਜ ਸਥਾਪਿਤ ਹੁੰਦਾ, ਸੋਵਰਨ ਸਟੇਟ, ਉਹਦਾ ਸਮੇਂ ਦਾ ਕੋਈ ਪੱਕਾ ਪਤਾ ਨਹੀਂ ਹੁੰਦਾ, ਪਰ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਵੀ ਆਰ ਵੈਰੀ ਮੱਚ ਸ਼ੋਰ ਕਿ ਉਹ ਦਿਨ ਬਹੁਤ ਜਲਦ ਆਏਗਾ ਜਿਸ ਦਿਨ ਅਸੀਂ ਫਿਰ ਦੁਬਾਰਾ ਇੱਕ ਆਜ਼ਾਦ ਬਾਦਸ਼ਾਹੀ ਖਾਲਿਸਤਾਨ ਸੋਵਰਨ ਸਿੱਖ ਸਟੇਟ ਦੇ ਮਤਲਬ ਕਿ ਸੇਵਕ ਹੋਵਾਂਗੇ। ਮੈਂ ਮਾਲਕ ਤਾਂ ਨਹੀਂ ਕਹਿੰਦਾ, ਮਾਲਕ ਤਾਂ ਅਕਾਲ ਪੁਰਖ ਹੈ, ਕਿਉਂਕਿ ਤਖ਼ਤ ਅਕਾਲ ਦਾ, ਅਤੇ ਜਿਹੜੇ ਅਕਾਲ ਤਖ਼ਤ ਤੋਂ ਜਿਹੜੀ ਗੱਲ ਚੱਲਦੀ ਹੈ ਉਹ ਅਕਾਲ ਪੁਰਖ ਦਾ ਹੁਕਮ ਹੁੰਦਾ, ਪਰ ਵਾਰਸ ਅਸੀਂ ਹੋਵਾਂਗੇ ਉਹ ਲੋਕ ਜਿਹੜੇ ਅੱਜ ਖਾਲਿਸਤਾਨ ਦੇ ਲਈ ਸੰਘਰਸ਼ ਕਰ ਰਹੇ ਨੇ। ਕਦੀ ਐਸਾ ਵੀ ਵਕਤ ਆ ਸਕਦਾ ਕਿਸੇ ਅਹੁਦੇ ਦੀ ਖਾਤਰ ਜਾਂ ਕਿਸੇ ਵੱਡੇ ਲਾਲਚ ਦੀ ਖਾਤਰ ਤੁਸੀਂ ਖਾਲਿਸਤਾਨ ਦਾ ਖਿਆਲ ਛੱਡ ਵੀ ਸਕਦੇ ਹੋ? ਇਹ ਤੁਸੀਂ ਮੈਨੂੰ ਪੁੱਛਦੇ ਹੋ ਕਿ ਮੇਰੀ ਪਾਰਟੀ ਨੂੰ ਪੁੱਛਦੇ? ਮੈਂ ਤੁਹਾਨੂੰ ਪੁੱਛ ਰਿਹਾ ਹਾਂ। ਮੈਂ ਤੁਹਾਨੂੰ ਪਹਿਲੇ ਐਪੀਸੋਡਾਂ 'ਚ ਦੱਸਿਆ ਸੀ ਕਿ 16 ਸਾਲ ਦੀ ਉਮਰ 'ਚ ਇਸ ਕੰਮ 'ਚ ਪਿਆ ਸੀ, 18 ਸਾਲ ਜਾਂ 18.5 ਸਾਲ ਦਾ ਮੈਂ ਪੱਕਾ ਮੈਂਬਰ ਬਣ ਗਿਆ ਅਤੇ 19 ਸਾਲ ਦੀ ਉਮਰ ਦੇ ਵਿੱਚ ਮੈਂ ਸੰਤ ਜਰਨੈਲ ਸਿੰਘ ਜੀ ਨੂੰ ਪਹਿਲੀ ਵਾਰ ਮਿਲਿਆ ਸੀ। ਅੱਜ ਮੈਂ 58 ਸਾਲ 4-5 ਮਹੀਨੇ ਦਾ ਹੈਗਾ। ਕੀ ਤੁਸੀਂ ਇਹ ਸੋਚਦੇ ਹੋ ਵੀ ਇਹਨਾਂ ਦਿਨਾਂ 'ਚ ਕੋਈ ਐਸਾ ਟਾਈਮ ਨਹੀਂ ਆਇਆ ਕਿ ਮੈਨੂੰ ਲਾਲਚ ਨਾ ਮਿਲੇ ਹੋਣ ਜਾਂ ਮੈਨੂੰ ਖਰੀਦਣ ਦੀ ਕੋਸ਼ਿਸ਼ ਨਾ ਕੀਤੀ ਗਈ ਹੋ ਜਾਂ ਮੈਨੂੰ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ? ਇਹ ਤਾਂ ਜਾ ਕੇ ਪਟਿਆਲੇ ਦੇ ਸੀਏ ਸਟਾਫਾਂ ਤੋਂ ਪੁੱਛੋ, ਸੁਰਜੀਤ ਸਿੰਘ ਗਰੇਵਾਲ ਨੂੰ ਪੁੱਛੋ, ਹਰਿੰਦਰ ਸਿੰਘ ਚਾਹਲ ਨੂੰ ਪੁੱਛੋ, ਅਤੇ ਜਿਨ੍ਹਾਂ ਇੰਸਪੈਕਟਰਾਂ ਨੇ ਮੈਨੂੰ ਲੰਬਾ ਸਮਾਂ ਸੀਆਈ ਸਟਾਫ ਦੇ ਵਿੱਚ ਆਪਣੀਆਂ ਮਨਮਾਨੀਆਂ ਨਾਲ ਤਸ਼ੱਦਦ ਕੀਤਾ, ਅਤੇ ਉਹਦਾ ਮਤਲਬ ਕੀ ਸੀ? ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ ਮੈਂ ਉਹ ਨਿਮਾਣਾ ਸ਼ਖਸ ਹਾਂ ਜਦੋਂ 84 ਹੋ ਕੇ ਹਟਿਆ, 84 ਦੇ ਸਾਲ ਦੇ ਦੌਰਾਨ ਹੀ, ਕਿਉਂਕਿ 84 ਤੋਂ ਥੋੜ੍ਹਾ ਜਿਹਾ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੰਮਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ, ਅਤੇ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਹੋਣ ਨਾਤੇ ਫੈਡਰੇਸ਼ਨ ਦੇ ਬੈਨਰ ਥੱਲੇ ਆਪਣੀਆਂ ਕਾਰਵਾਈਆਂ ਨਹੀਂ ਸੀ ਕਰ ਸਕਦਾ। ਮੈਂ ਤੁਹਾਨੂੰ ਉਦਾਹਰਣ ਦਿੰਦਾ ਕਿ ਅਕਤੂਬਰ ਜਾਂ ਨਵੰਬਰ 84 ਦੀ ਇਹ ਗੱਲ ਹੈ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ ਅਤੇ ਯੂਨੀਵਰਸਿਟੀ ਦਾ ਪ੍ਰਧਾਨ ਸੀ ਮੈਂ, ਫੈਡਰੇਸ਼ਨ ਦਾ। ਉਸ ਵਕਤ ਮੈਂ ਇੱਕ ਸਮਾਗਮ ਸਟੂਡੈਂਟ ਯੂਨੀਅਨ ਦੇ ਨਾਂ ਥੱਲੇ ਕਰਵਾਇਆ ਸੀ, ਮੈਂ ਅਤੇ ਗੁਰਿੰਦਰਜੀਤ ਸਿੰਘ ਮਾਨਾ ਜਿਹੜਾ ਅੱਜ ਅਮਰੀਕਾ 'ਚ ਹੈ, ਅਸੀਂ ਦੋਹਾਂ ਨੇ ਮਿਲ ਕੇ, ਅਤੇ ਵਾਈਸ ਚਾਂਸਲਰ ਡਾਕਟਰ ਭਗਤ ਸਿੰਘ ਸਮੇਤ ਪ੍ਰੋਫੈਸਰ ਸੁਖਦਿਆਲ ਸਿੰਘ ਨੇ ਲੈਕਚਰ ਕੀਤਾ। ਇਹ ਉਸ ਵਕਤ ਦੀ ਮੇਰੇ ਕੋਲ ਫੋਟੋ ਵੀ ਹੈਗੀ ਹੈ। ਸੋ ਉਹ ਕਾਰਵਾਈ ਜਿਹੜੀ ਸੀ ਉਹ ਇਸ ਗੱਲ ਦਾ, ਪੂਰੀ ਯੂਨੀਵਰਸਿਟੀ ਉੱਥੇ ਆਈ ਸੀ, ਸਾਰੀ ਫੈਕਲਟੀ ਉੱਥੇ ਆਈ ਸੀ, ਪਹਿਲੀ ਵਾਰ ਅਤੇ ਅੱਜ ਤੱਕ ਵੀ ਅਖੀਰਲੀ ਵਾਰ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਸਾਹਮਣੇ ਜਿਹੜਾ ਗਰਾਊਂਡ ਆ ਉੱਥੇ ਕੋਈ ਸਮਾਗਮ ਨਹੀਂ ਹੋਇਆ, ਪਰ ਇਹ ਸਮਾਗਮ ਵਾਈਸ ਚਾਂਸਲਰ ਦੇ ਸਾਹਮਣੇ ਗਰਾਊਂਡ ਦੇ ਵਿੱਚ ਇਸ ਦਾਸ ਨੇ ਕਰਵਾਇਆ ਸੀ। ਅਤੇ ਮੈਂ ਨਿਮਾਣੀ ਗੱਲ ਕਰਦਾ ਕਿਉਂਕਿ ਹੋਰ ਤਰ੍ਹਾਂ ਲੱਗਦਾ, ਮੈਂ ਆਪਣੇ ਮੂੰਹੋਂ ਕਹਾਂ ਕਿ ਪਹਿਲੀ ਵਾਰ ਜ਼ਿੰਦਗੀ 'ਚ ਮੈਂ 64 ਘੰਟੇ ਲਗਾਤਾਰ ਸੁੱਤਾ ਨਹੀਂ ਸੀ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੰਨੇ ਵੱਡੇ ਘੱਲੂਘਾਰੇ ਹੋਣ ਦੇ ਬਾਵਜੂਦ ਅਸੀਂ ਉਸ ਸੰਸਥਾ ਦੇ ਮੈਂਬਰ ਹੋਣ ਦੇ ਨਾਤੇ ਜਾਂ ਸੰਤ ਜਰਨੈਲ ਸਿੰਘ ਜੀ ਦੇ ਥਾਪੜੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਤੇ ਕਰਕੇ ਅਸੀਂ ਕੁਝ ਮਹੀਨਿਆਂ ਬਾਅਦ ਹੀ ਉਹ ਸਮਾਗਮ ਕਰਤਾ ਜਿਹਦੇ ਵਿੱਚ ਸਿੱਖੀ ਰੂਹ ਜਿਹੜੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਉੱਥੇ ਕੀਰਤਨ ਕੀਤਾ, ਅਤੇ ਉਹ ਜਿਹੜੀ ਰੂਹ ਆਜ਼ਾਦੀ ਦੀ ਰੂਹ ਹੈ ਜਿਹੜੀ ਮੈਂ ਅੱਜ ਬੋਲ ਰਿਹਾ ਇਹ ਉਸ ਵਕਤ ਵੀ ਕੀਤੀ। ਉਸ ਤੋਂ ਬਾਅਦ 15 ਮਈ 1985 ਨੂੰ ਜਦੋਂ ਫੈਡਰੇਸ਼ਨ ਤੋਂ ਪਾਬੰਦੀ ਹਟੀ ਹੈ, ਪਹਿਲਾ ਸਮਾਗਮ ਵੀ ਉਸ ਵਕਤ ਦੀਆਂ ਅਖਬਾਰਾਂ ਕੱਢ ਕੇ ਪੜ੍ਹ ਲਓ, 15 ਮਈ 1985 ਨੂੰ
फैडरेशन तो पाबंदी हटने तो बाद पहला समागम दास ने करवाया पटियाले दुख निवारण साहब ते शाम नूं 4 बजे तक भी मेरे साथी मुंडे दरिया हजे बिछा रहे सी इन्नी संगत आ गई सी और उत्थे खास गल ये है कि अज अमरजीत सिंह चावले दे मिसिज ने बीबी पपिंदर कौर जी वो उस टाइम अंडरग्राउंड सी पहला मता उहदे विच असी मैं उस तो पढ़वाया दूजा मता हरिराज सिंह घूमन अजकल कनेडा मैनू पता नहीं मेरा कोई संपर्क नहीं हैगा वो भी अंडरग्राउंड सी दूजा मता वो हर बंदा एक मता पढ़ के चला जांदा सी तीजा मता हरिंदर सिंह कालों तो पढ़वाया चौथा ते पंजवां मुंडा मैनू याद नहीं ते अमरिंदर सिंह जिहड़े नवें नवें कांग्रेस छड के आए सी उहनां दा मैं उस समागम विच स्वागत कीता सी कृपाना नाल मेरे कोल फोटो अज भी हैगी कैप्टन अमरिंदर सिंह दा मैं स्वागत पटियाले दुख निवारण साहब कीता सी ओह कृपाना दे छां हेठों आउंदे दी फोटो मेरे कोल अज भी घरे पई है थोड़ी धुंधली हो गई पर बिल्कुल स्पष्ट दिसदी है सो ओह 15 मई दीआं अखबारां करके पढ़ो तुहानूं इह सारी मेरी कही गल जिहड़ी आ ओह स्पष्ट दिसेगी कैप्टन अमरिंदर सिंह दा सन्मान क्यों कीता सी तुसीं सन्मान तां कीता सी ओह कांग्रेस छड के आए सी उहने अस्तीफा दित्ता सी विरोध दे विच दरबार साहिब दे हमले इस करके कीता सी असीं समागम उहदा समागम च बुलाया वह खुशी नाल आया मेरे कई मुंडिया ने साथ दिता जिन्हां चों कुछ शहीद हो गए ने अमरीक सिंह लंघ शहीद हो गया राम सिंह शहीद हो गया दौणकलां पर एक टोड़े ने बंदा भेजा सी ओह करम सिंह मटोड़ा वह अज भी टोड़े नाल टोड़े वाली खाते विच ही हैगा वह भी नाल सी महाराजा कैप्टन अमरिंदर सिंह जी दे खेमे वालों डॉक्टर जसबीर सिंह कंग सीगे जिहड़े मेरे दोस्त सी मेरे नाल पढ़दे सी ਉਹ ਮਹਿਲ ਦੇ ਨੇੜੇ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਜੇ ਮਹਾਰਾਜ ਸਾਹਿਬ ਨੂੰ ਬੁਲਾ ਲਈਏ ਮੈਂ ਕਿਹਾ ਬੁਲਾ ਲਓ ਜੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਜੇ ਉਹ ਆਉਣਾ ਚਾਹੁਣ ਤਾਂ ਆ ਜਾਣ ਜਸਵੀਰ ਸਿੰਘ ਕੰਗ ਜਿਹੜੇ ਅੱਜ ਕੱਲ੍ਹ ਯੂਬਾ ਸਿਟੀ ਦੇ ਵਿੱਚ ਡਾਕਟਰ ਨੇ ਮੇਰੇ ਦੋਸਤ ਨੇ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਹਰਮਿੰਦਰ ਸਿੰਘ ਅੱਜ ਕੱਲ੍ਹ ਉਹ ਵੀ ਅਮਰੀਕਾ ਹੈ ਅਸੀਂ ਉਹਨੂੰ HS ਕਹਿੰਦੇ ਸੀ ਸਮਾਣੇ ਦਾ ਰਟੌਲ ਉਹ ਵੀ ਉਸ ਮੇਰੀ ਕਮੇਟੀ ਦੇ ਮੈਂਬਰ ਸੀ ਉਹਦਾ ਹੈੱਡ ਦਾਸ ਸੀ ਸੋ ਪਹਿਲੀਆਂ ਜਿਹੜੀਆਂ ਕਾਰਵਾਈਆਂ 84 ਉਸ ਵਕਤ ਸਾਰੀ ਲੀਡਰਸ਼ਿਪ ਅੰਦਰ ਸੀ ਫੈਡਰੇਸ਼ਨ ਦੀ ਵੀ ਜਾਂ ਤਾਂ ਸ਼ਹੀਦ ਹੋ ਗਈ ਸੀ ਜਾਂ ਜੋਧਪੁਰ ਬੈਠੀ ਸੀ ਪਰ ਅਸੀਂ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਉਸ ਦਬਾਓ ਨੂੰ ਝੱਲਿਆ ਨਹੀਂ ਤੁਸੀਂ ਸਵਾਲ ਜਿਹੜਾ ਕੀਤਾ ਸੀ ਉਸ ਤੋਂ ਬਾਅਦ ਜਦੋਂ ਟੋੜੇ ਨੂੰ ਲੱਗਿਆ ਕਿ ਇਹਨੇ ਮੇਰੇ ਬੰਦਿਆਂ ਨੂੰ ਮਾਨਤਾ ਨਹੀਂ ਦਿੱਤੀ ਪ੍ਰੀਤਮ ਸਿੰਘ ਹੁਰਾ ਰਿਕਾਰਡ ਕੱਢੋ ਪਿੱਛੋਂ ਪ੍ਰੀਤਮ ਸਿੰਘ ਹੁਰਾ DIG ਸੀ ਅਤੇ ਟੋੜੇ ਦੇ ਖਾਸ ਬੰਦੇ ਸੀ ਉਹਨਾਂ ਨੇ ਮੈਨੂੰ ਬਿਕਰਮਜੀਤ ਸਿੰਘ ਭਾਟੀਆ ਅੱਜ ਕੱਲ੍ਹ ਅਮਰੀਕਾ ਨੇ ਬਹੁਤ ਅਮੀਰ ਹੋ ਗਿਆ ਮੈਨੂੰ ਮਿਲਿਆ ਨਹੀਂ ਪਤਾ ਲੱਗਿਆ ਬਿਕਰਮਜੀਤ ਸਿੰਘ ਭਾਟੀਆ ਅਤੇ ਆਹ ਜਿਹਨਾਂ ਮੁੰਡਿਆਂ ਦੇ ਮੈਂ ਪਹਿਲਾਂ ਨਾਂ ਲਏ ਨੇ ਇਹਨਾਂ ਸਾਰਿਆਂ ਨੂੰ ਸ਼ਾਮ ਨੂੰ ਘਰੋਂ ਚੁਕਾ ਲਿਆ ਸੀਗਾ ਅਤੇ CI ਸਟਾਫ ਦੇ ਵਿੱਚ ਪਹਿਲੀ ਸਾਡੀ ਜਿਹੜੀ ਮੁਲਾਕਾਤ ਕਰਵਾਈ ਉਹ ਟੋੜੇ ਨੇ ਕਰਵਾਈ ਪ੍ਰੀਤਮ ਸਿੰਘ ਹੁਰਾ DIG ਵੀ ਇਹਨਾਂ ਮੁੰਡਿਆਂ ਨੂੰ ਥੋੜ੍ਹਾ ਖਿੱਚੋ ਨਹੀਂ ਤਾਂ ਇਹ ਬਹੁਤ ਅੱਗੇ ਲੰਘ ਜਾਣੇ ਸਾਡੇ ਤੋਂ ਵੀ ਨਾ ਕਿਤੇ ਅੱਗੇ ਲੰਘ ਜਾਣ ਹਾਂ ਕਿਉਂਕਿ ਮਾਹੌਲ ਬਦਲ ਗਿਆ ਸੀ ਜਿਵੇਂ ਹੁਣ ਕਰੋਨਾ ਕਰਕੇ ਲੱਗਦਾ ਨਾ ਸਾਰਾ ਵੀ ਸ਼ਾਇਦ ਦੁਨੀਆ ਬਦਲ ਜੂਗੀ 84 ਤੋਂ ਬਾਅਦ ਇਹਨਾਂ ਲੀਡਰਾਂ ਤੋਂ ਫਿਕਰ ਹੀ ਇਹ ਪਈ ਜਾਂਦਾ ਸੀ ਕਿ ਕਿਤੇ ਨੌਜਵਾਨ ਲੀਡਰਸ਼ਿਪ ਸਾਨੂੰ ਮਾਤ ਦੇ ਕੇ ਅੱਗੇ ਨਾ ਆ ਜਾਵੇ ਇਹ ਉਹੀ ਚਾਲਾਂ ਖੇਡਦੇ ਰਹੇ ਇਹ ਗੱਲ ਸਾਡੇ ਨਾਲ ਮੇਰੇ ਨਾਲ ਸਰੀਰਕ ਤੌਰ 'ਤੇ ਵਾਪਰੀ ਹੈ ਲਾਲਚ ਬੜੇ ਆਏ ਕੋਈ ਲਾਲਚ ਇਹ ਤਾਂ ਪਹਿਲਾ ਦਬਾਓ ਸੀ ਉਸ ਤੋਂ ਬਾਅਦ ਦਬਾਅ ਵੀ ਬਥੇਰੇ ਆਏ ਲਾਲਚ ਵੀ ਬਥੇਰੇ ਆਏ ਮਾਫ਼ ਕਰਿਓ ਇੱਕ ਗੱਲ ਮੈਂ ਇੱਥੇ ਅੱਜ ਕੈਮਰੇ 'ਚ ਕਹਿਣ ਲੱਗਿਆ ਜਿਹੜਾ ਸੱਚ ਹੈ ਤਾਂ ਕਹਿਣ ਲੱਗਿਆ ਕਿ ਹੋਰ ਲਾਲਚ ਤਾਂ ਜਿਹੜੇ ਆਏ ਸੋ ਆਏ ਸਰਕਾਰਾਂ ਵੱਲੋਂ ਉਹ ਤਾਂ ਬੜੀ ਵਾਰ ਆਏ ਪਰ ਦਲਜੀਤ ਸਿੰਘ ਬਿੱਟੂ ਵੱਲੋਂ ਵੀ ਇੱਕ ਵਾਰੀ ਮੈਨੂੰ ਲਾਲਚ ਆਇਆ ਸੀ ਜਦੋਂ ਮਾਨ ਦਲ ਤੋਂ ਉਹ ਚਲੇ ਗਏ ਸੀ ਉਹਨਾਂ ਦਾ ਸਾਡੂ ਵੀ ਹੈ ਉਹਨਾਂ ਦਾ ਨੇੜਲਾ ਦੋਸਤ ਵੀ ਸੀ ਹੁਣ ਚਲਾ ਗਿਆ ਵਿਚਾਰਾ ਦੁਨੀਆ ਤੋਂ ਬਿਮਾਰੀ ਕਰਕੇ ਸੁਰਿੰਦਰ ਸਿੰਘ ਥਰੂਆ ਮੇਰੇ ਨਾਲ ਪੜਿਆ ਸੀ ਮੇਰਾ ਜੂਨੀਅਰ ਸੀ ਉਹ ਮੇਰੇ ਘਰ ਆਇਆ ਸੀ ਵੀ ਇੰਨੇ ਤੈਨੂੰ ਪੈਸੇ ਦੀ ਲੋੜ ਹੈ ਕਿਉਂਕਿ ਤੇਰਾ ਕੰਮ ਕਾਰ ਥੋੜ੍ਹਾ ਖਰਾਬ ਹੋਇਆ ਮੇਰੇ ਫਾਰਮ ਦਾ ਖੁਦ ਡਿਸਟਰਬੈਂਸ ਹੋ ਗਈ ਸੀ ਟਵੇਰਾ ਤੇਰੇ ਕੋਲ ਹੈਗੀ ਆ ਆਲਰੇਡੀ ਇਹਦਾ ਤੇਲ ਦਾ ਖਰਚਾ ਦਿਆ ਕਰਾਂਗੇ ਅਤੇ 50 ਲੱਖ ਰੁਪਏ ਦੇ ਬਰਾਬਰ ਦਾ ਤੈਨੂੰ ਅਸੀਂ ਕੁਝ ਦਿਨਾਂ 'ਚ ਪੈਸਾ ਦੇ ਦਾਂਗੇ ਤੂੰ ਮਾਨ ਸਾਹਿਬ ਨੂੰ ਛੱਡ ਕੇ ਦਲਜੀਤ ਸਿੰਘ ਬਿੱਟੂ ਦੇ ਖੇਮੇ 'ਚ ਆਇਆ ਬੜੇ ਸਾਡੇ ਬੰਦੇ ਉਹਨਾਂ ਨੇ ਤੋੜੇ ਵੀ ਪਰ ਮੈਂ ਅਜੀਤ ਸਿੰਘ ਆਲੋਅਰ ਨਹੀਂ ਇਹ ਤਾਂ ਜਦੋਂ ਪਾਰਟੀ ਤੋਂ ਕੋਈ ਵੱਖਰਾ ਹੁੰਦਾ ਹੈ ਤਾਂ ਕੁਦਰਤੀ ਗੱਲ ਹੈ ਹਰ ਲਾਲਚ ਦੀ ਗੱਲ ਤੁਸੀਂ ਲਾਲਚ ਦੀ ਗੱਲ ਕੀਤੀ ਹੈ ਜੀ ਜੇ ਦਲਜੀਤ ਸਿੰਘ ਇਹ ਤੁਹਾਡੀ ਪਾਰਟੀ ਦੇ ਵਿੱਚ ਹੀ ਰਹੇ ਉਸ ਤੋਂ ਬਾਅਦ ਜਦੋਂ ਟੁੱਟੇ ਹੈ ਉਸ ਤੋਂ ਬਾਅਦ ਹਰ ਬੰਦਾ ਆਪਣੇ ਖੇਮੇ ਵਿੱਚ ਚੰਗੇ ਬੰਦੇ ਨੂੰ ਜਾਣ ਦਾ ਯਤਨ ਕਰਦਾ ਹੁੰਦਾ ਹੈ ਵੀ ਉਹਦਾ ਮੈਨੂੰ ਕਹਿ ਦੇਣਾ ਮੇਰੇ ਗੁਰਿੰਦਰਜੀਤ ਸਿੰਘ ਹੋ ਸਕਦਾ ਹੈ ਉਹ ਇਹ ਸੋਚਦੇ ਹੋਣ ਵੀ ਇਹ ਫਾਈਨੈਂਸ਼ੀਅਲ ਤੌਰ ਦੇ ਉੱਪਰ ਸਟਰੋਂਗ ਨਹੀਂ ਗਏ ਜਾਂ ਥੋੜੇ ਵੀਕ ਹੋ ਗਏ ਨੇ ਮੈਂ ਇਹਨਾਂ ਦੀ ਹੈਲਪ ਕਰਦੇ ਵੀਕ ਤਾਂ ਮੈਂ ਅੱਜ ਵੀ ਹੈਗਾ ਤੁਹਾਨੂੰ ਮੇਰੀ ਇਸ ਗੱਲ ਦਾ ਪਤਾ ਨਹੀਂ ਪਰ ਜਿਹੜੇ ਸਿੱਖ ਐਕਟੀਵਿਸਟ ਕੰਮ ਕਰਦੇ ਨੇ ਅੱਜ ਵੀ
पूरे 10 साल तो मैं अपने घरों बाहर हाँ, मेरिया दो बड़िया कोठियां पटियाले दे विच सी, अज दोनों ही एक तो विक गई, एक मेरा फार्म आ नाल 4 किलोमीटर तो तुहाडे इत्थे हैगा, तो वो 2008 तो बैंक के कोल है, कैनरा बैंक के कोल, तो मैं वह उतार नहीं सकिया, तो वह पलजड है, कब्जा भी उत्थे मेरे को कम कार भी नहीं हैगा, तो 12 साल तो मैं बड़िया ऑफर आईया हो, सब ने कहा होना भी ये तो हम टुटिया वै, अपना फार्म चढ़ाया नहीं जा रहा, गल्लां सी खालिस्तान लैन दियां करदे पए आ, नहीं जिस तरह जे खालिस्तान मिल गया फिर मतलब कि फार्म तो आपे आ जूगा ना, हाथी दे पैड़ च सारे पैड़ आ जाने ने, यह तो जिहड़ा ये सवाल मिलता ही नहीं आपस विच, मेरा सवाल तो इहदा जवाब यह है कि मैं जे अपने फार्म की परवाह किए बिना भी संघर्ष के सरगर्मा तो मैं उदों किन्ना क संसीर होऊंगा जो खालिस्तान मेरी जिम्मेवारी बन जूगी कि मैं अगे लोगों का खालिस्तान तो घट कुछ भी प्रवान नहीं करते, बिल्कुल नहीं जी, उस दिन मान लो 6 जून तो बाद कोई प्रवान नहीं, 6 जून तो पहला या इस तो पहला भी बड़िया शहादत हुई, बाबा जरनैल सिंह के बड़े सिंह शहीद किए गए, बाबा जरनैल सिंह भोगा तो जाके बोलते रहे हैं, पर बाबा जरनैल सिंह ने कभी भी इस तो पहले गल नहीं सी की, कहते बराबर दरबार साहब से हमला नहीं होया, पर सिखा तो रोज हों, पर दरबार साहब से हमला नहीं होया ना, दरबार साहब न किसी भी एक सिख या कुछ सिखां दे नाल बुलाया नहीं जा सकता, दरबार साहब का मतलब है सारी कौम ही मारती, जो कौम मार दिती जाए, मारन दे मनसूबे कर ले जाण पर मार तो नहीं सके भावें, तो जे असी उदों भी ना फैसला लईए तो फिर असी उस कौम दे वारस कैसे कहा सकते हैं, मेरा तो यह सवाल तुहानू है, जां ऐ कह लो भी मैं अपनी गल क्लीयर करना चाहना तुहाडे सवाल दे विचों कि जेकर तुहाडे कौमी तख्त दे उत्ते हमला करके तुहानू खत्म करने की साजिश होवे, डराउण की साजिश होवे भी सदा लई चुप कर जाण, ते जे फिर तुसी चुप कर जाओ फिर तो तुसी इंडिया की मनसूबे के हक च भुगत गए, जे तुसी चुप नहीं करते तो तुसी गरजा सिंह बोता सिंह नू अपने बजुर्ग मन सकते हो, सो हर एक सिख की यह इच्छा जरूर हुंदी है कि बाबाणियां कहानियां पुत सपुत करेन दे मां वाखते जिन्ना को तुर सके वह तुरे, असी जिन्ना खालिस्तान दे उत्ते तुर सकते हैं तुर रहे हैं तो तुरते रहेंगे। वैसे खालिस्तान के राह प्राप्तियां का जिक्र तो मैं फिर करांगा क्योंकि अज अपनी जून 1984 की गल चलती है, तो ये एक गल मैं कढ़नी तां चाह रहा सां क्योंकि 82 दे विच धर्म युद्ध मोर्चा लगता जी लंबा चलता, उहदियां जिहड़ियां मंगां सी उहनां मंगां दे विच खालिस्तान मुख मंग नहीं रहा, बाबा जरनैल सिंह दे लैक्चर दे विच भी मिल जांदा है वी जे सानू नाल रखणा जे ते दूजे दर्जे दे शहरी बन के असीं नहीं जे रहना, है ना, ये तो हम तुम अंदाजा ला लो तुहाडे कोल सारियां रिपोर्टां भी होणगियां कि दूजे या तीजे या चौथे दर्जे दर्जे का शहरी सानू रख्या गया कि नहीं रख्या गया, 36 साल हो गए अज्ज, तो दिल्ली जिहड़ियां साडियां कुड़ियां नाल बलात्कार होए ने शरेआम बाजारां दे विच, इह किसे पहले दर्जे के शहरी नाल हो सकदा, तो उहदे ते एक्शन भी कोई ना आवे, मैं खड़ा होवां तुसीं खड़े हो साडे दोहां दे पिता जी खड़े होण साडियां मावां नूं जां साडियां पंजाब दे विच ते फिर भी असी ना बोलीए तो फिर की असी पहले दर्जे के शहरी हाँ, यह तो उदाहरण ने जिहड़ियां साडे नाल वापरियां ने, हाँ मैं इस गलों एक गल जरूर हिंदुस्तानी निजाम नूं दे बारे कहना चाहुंना कि इन्हां ने जुलम शरेआम किए ने, असी उन्ने शरेआम साडी कौम उहदे ते एक्शन नहीं लै रही जिन्ने शरेआम बादल ने, हुण बादल नूं कोई अकाली कह लवे कुछ मैनू तो कोई भुलेखा है नहीं, ये तो उस सिस्टम के हिस्से ने जिहड़ा नागपुर ते दिल्ली तो चलता जिहड़ा चाहुंदा कि मिनोरिटीज खासकर सिखां नूं खत्म करता जाए, इन्हां नूं सोच नालों तोड़ दिता जाए, ये सारे लोगों दी जिहड़ियां कारवाइयां ने जो इन्हां ने कीतियां ने, हुण गुरु ग्रंथ साहिब जी की बेअदबी किसी पहले दर्जे दे मतलब कि शहरी दे धर्म नाल हो सकती है, फिर कोई पता भी नहीं लगे बादल का राज होवे ते 2.5 साल यही ना पता लगे भी किहड़ा पुलिस वाला आके मुंडिया नूं शहीद कर गया, जबकि यह FIR च लिखा होवे बाजा खाना दे थाने च के पुलिस की गोली नाल मरे, पर अणपछाती पुलिस कदे पुलिस भी अणपछाती हुंदी है, हर पुलिस वाला सवेरे अपना हथियार इशू करांदा शाम नूं जमा करांदा दसदा भी मेरे इस हथियार चों इन्नियां गोलियां चल गईयां यह लिख लो जी, ते किहड़े हथियार चों गोली लग के बंदा मर गया ये 10-20 बंदे चों पहचान नहीं सके कि यह पहले दर्जे के शहरियां नाल इदां दा विहार होगा, नहीं होगा जी, जे हुण अमरिंदर सिंह की सरकार है अज उन्हें मर्जी नाल दरबार साहब ते बैन लाता कि उन्होंने नहीं पता कि जिन्हें अस्तीफा दिता सी दरबार साहब ते हमले ते भी किहड़े दिन चलते हैं, भी मैं सिखां नूं कह देवां भी तुसीं गिणती च घट आयो जां तुसीं वखवा रख लियो ते सीधे रूप च 3-3 दरवाजे बंद करते जाण दरबार साहब दे, तो की इह पहले दर्जे दे शहरियां नाल हुंदा इस तरह, नहीं हुंदा, ये थर्ड
मैं तो सैकंड संत जी तो दूजे दर्जे के कहते सी ना, पर हुण तो तीजे दर्जे तो भी माड़े तौर पर साडे नाल सलूक हो रहा है जी, क्योंकि असी अपनी अजमत नूं छड़ नहीं रहे हाँ। असी अपनी आजाद फिजा दे विच जीवन की गुरु सच्चे पातशाह वालों दसी भावना दे मुताबक जीना चाहते हो। मखू साहब तुसी बहुत वड्डे प्रचारक भी हैगे हो, मैं खुश हाँ कि तुसी मेरे भरावां वांग विचरदे हो, पर ये चीज़ की व्याख्या जरूर करो। मैं आस करदा कि घोड़ा नगारा बाज किले ते तख्त ये बादशाही दी निशानियां ने जी, ते श्री साहब साढ़े गुरु ने तो दो तलवारी बदे स्पष्ट कहता भी आ मेरी राज दी आ मेरी धर्म दी आ, मैं बराबर चलूंगा, तख्त बना के बैठूंगा, हुक्म जारी करांगा नहीं कीते ने। अज भी तुहानू इको एक कौम है दुनिया की जिहदे पैगंबर का लिखित हुक्मनामा थोड़े कोल हू बू पिया, ये भी मिटाण की कोशिश दरबार साहब दे विच कीती गई, लाइब्रेरी साड़ी साड़ती है, उत्थे साड़ियां कीमती हथ लिखतां पईआं सी, सानू किस तरीके नाल इन्हां ने नहीं कीता कि जान बुझ के साड़ी गई है। बिल्कुल, ये दुनिया भर के शैतान लोगों की एक लॉबी का तत् कढ़िया होया कि जिस कौम नू खत्म करना होवे उन्हूं उहदी विरासत नाल तोड़ दिता जाए, उन्हूं अनपढ़ रखा जाए, उन्हूं नशे च पा दिता जाए, उहदी जवानी मारती जाए, यह सारिया गल्लां साडे पंजाब दे विच सिखां दे नाल होईआं ने। दूजे दर्जे नहीं तीजे दर्जे के शहीद दित्ते, फिर इंसाफ के नाते मैं बेचारे उन्होंने गुलाम मानसिकता वाले सिख कहना कि जेड़े कसाई तो यह मंग करते हैं कि मैनू मैनू बई इंसाफ दे, वह बकरा कटूगा वेचूगा, वेचते ने सानू। जे राजीव गांधी ने कहा कि वड्डा पेड़ गिरदा तो हिलजुल हुंदी है धरती, अज तक के रिकॉर्ड दे विच कांग्रेस उस तो बाद ही सब तो ज़्यादा वोटा पार्लीमेंट च लै सकी सीटा, क्योंकि उन्हें सानू बली का बकरा बनाया। जे मोदी ने गुजरात में मुसलमान मारे तो अज वह प्रधानमंत्री बन गया चीफ मिनिस्टर तो, जे इन्हां लोकां नूं साडा मास साडा सिधांत तबाह करके राज मिलता होवे क्यों नहीं करनगे, ते जे असीं नहीं खड़ांगे तां बई ठीक है, अपने अखी अपनी विरासत नूं खत्म हुंदिआं देखना सानूं मंजूर नहीं है। इसलिए खालिस्तान की गल तुसीं जिहड़ी पुछी है इस तों घट सानूं कोई भी चीज़ मंजूर नहीं जी। जिवें तुसीं दिसे खालिस्तान तों घट कोई चीज़ मंजूर नहीं, बाबा जरनैल सिंह ने अपने पहले लैक्चर दे विच ये गल नहीं की, बट जिहदे अखीरले समें दे विच उन्होंने गल की है भी जे शब्द जे आ बिल्कुल जे हमला हो गया बिल्कुल खालिस्तान दे नहीं रखे। पहले लैक्चर कोई यह जहाँ शंका भी जाहर नहीं किया, अखीरले लैक्चर उन्होंने अपने ये शंके भी जाहर किए ने कि शायद हुण यह मिलटरी एक्शन कर, तो जदों उन्होंने शंका हो गया तो उन्होंने अपनी गल दूजी भी क्लीयर करती, वो एक लीडर सी, वो कौम नू अगवाई दे रहे सी, जे कौम मरदी है तो लीडर का फर्ज बनता है कि वह भविख की नीति भी उन्होंने दस के जाए भी मैं क्यों स्ट्रगल कर रहा सी, ते जेकर मेरी स्ट्रगल थोड़ी बेहतरी लई कामयाब नहीं हुई तो अगला स्टैप की होगा, यह भी वह दस के गए। हुण असीं अगले टाइम च रह रहे हैं, मैं 84 तो पहला नहीं थोड़े तो ना बोल रहा, मैं 84 तो 36 साल बाद बोल रहा, पर 84 दे होण तो पहला भी तो बाद विच भी मैं जो जो उत्थों सिखिया है तो यह गुरु नानक गुरु गोबिंद सिंह जी की विचारधारा है। मैं बार बार ये गल कहना संत जरनैल सिंह की अपनी कोई विचारधारा नहीं सी, उन्होंने तो उस अणख की गल न ही अगे तोरिया है जिहड़ा एक खालिस्तान किवें लैना है, संविधानक तौर दे उपर या हथियारबंद होके। देखो हथियारबंद लड़ाई साढ़े भरावान ने लड़ी है 10 साल, उदों भी ना कराती सीगी, पर असी इस गल नूं समझ गए हाँ कि सरकार की नीति है कि जे असी हथियार चुकते हाँ साढ़े विच टाउट पा के साढ़े मुखबर बना के पिंकी कैट वर्गे तो सानू सिर्फ मारिया जाता है। इसलिए असी हाल की घड़ी 1999 तो बाद जो सरदार सिमरजीत सिंह मान जेल तो बाहर आए ने असी अपना निशाना नहीं बदलिया राह बदलिया, असी शांतिपूर्ण ते लोकतंत्री तरीके नाल अपने लोगों को समझावांगे। जिस दिन साढ़े लोगों के 30-40% लोगों में भी जागृति आ गई दृढ़ता वाली शांतिपूर्ण रह के अपने हक खालिस्तान की गल करन दी, तुसी मेरी गल याद रखियो मैं होवां या ना होवां उस दिन आ सरकार तुर के आऊगी तुहानू राज देण तुहाडे नाल गल करन। अज चाइना लद्दाख दे विचों 15 किलोमीटर या 35 किलोमीटर अंदर आ चुका है, जिथे दंद दिखाओ ना वो जिहड़ा उत्थे सानू डबल रोस है, एक तो लोगों यह ऐसा गल्लां कहिंदे ने आप कुछ नहीं कर रहे, ये रोस है क्योंकि असीं इस देश दे विच टैक्स भरदे आ।
दूजा रोस यह है कि यह सिख राज का हिस्सा है। सिख राज ने तिब्बत तो लद्दाख ते होर इलाके सिख राज भी शामिल किए ने, जिवें कि कश्मीर अफगानिस्तान तो शामिल किया। ये ना कश्मीर सामभ सके तो ना हुण ये लद्दाख सामभ सके, ये तो साडी विरासत मतलब कि भुरदी देख रहे हैं। मैं तुहानूं एक उदाहरण दिंदा, इत्थे जदों 1962 की लड़ाई होई चाइना दे नाल, उदों नहरू प्राइम मिनिस्टर सी। अज भी उदों तो लैके अज तक 40,000 वर्ग किलोमीटर एरिया लद्दाख का चाइना ने दबिया होया जी, 62 तो लैके अज तक। 62 तो बाद जिहड़ी पार्लीमेंट दे विच मीटिंग हुई इस जंग दे बारे, तां नहरू प्राइम मिनिस्टर नूं इह सवाल पुछया गया, रिकॉर्ड कढ के देख सकदे हां आपां पार्लीमेंट दा, पीलू मोदी नाम दे एमपी ने सवाल कीता कि उहदे बारे बयान दो प्राइम मिनिस्टर साहब, जिहड़ा इलाका अज चाइना ने अपने कब्जे च कर लिया, इंडिया उहदे बारे की कर रहा है ते की करेगा। एक प्राइम मिनिस्टर होण दे नाते उहनूं जवाबदेही दे उत्ते खड़ा कीता, ਤਾਂ ਨਹਿਰੂ ਨੇ ਇੱਕ ਬਹੁਤ ਹੀ ਘਟੀਆ ਕਿਸਮ ਦਾ ਖਚਰਾ ਜਿਹਾ ਜਵਾਬ ਦਿੱਤਾ। ਉਹ ਕਹਿੰਦਾ ਉਹ ਤਾਂ ਵੈਸੇ ਹੀ ਵਿਰਾਨ ਇਲਾਕਾ ਸੀ, ਉੱਥੇ ਕੁਝ ਹੁੰਦਾ ਨਹੀਂ ਸੀ, ਜੇ ਉਹ ਚਲਾ ਵੀ ਗਿਆ ਤਾਂ ਉਹਦਾ ਫਿਕਰ ਨਾ ਕਰੋ ਪੀਲੂ ਮੋਦੀ ਜੀ। ਤਾਂ ਪੀਲੂ ਮੋਦੀ ਨੇ ਜੋ ਕਿਹਾ ਅੱਜ ਵੀ ਰਿਕਾਰਡ 'ਚ ਹੈਗਾ ਪਾਰਲੀਮੈਂਟ ਦੇ, ਅੱਛਾ, ਕਿ ਜੇਕਰ ਤੁਹਾਡੀ ਟਿੰਡ 'ਤੇ ਹੁਣ ਵਾਲ ਨਹੀਂ ਉੱਗਦੇ, ਕੀ ਤੁਹਾਡਾ ਹੁਣ ਟਿੰਡ ਲਾ ਦਿੱਤੀ ਜਾਣੀ ਚਾਹੀਦੀ? ਅੱਛਾ, ਇਹ ਵੀ ਤਾਂ ਜਰਖੇਜ਼ ਨਹੀਂ ਰਿਹਾ। ਜੇ ਉਹ ਜਰਖੇਜ਼ ਨਹੀਂ ਰਿਹਾ ਇਲਾਕਾ, ਤਾਂ ਤੁਹਾਡੀ ਟਿੰਡ ਵੀ ਤਾਂ ਹੁਣ ਮਤਲਬ ਕਿ ਵਾਲ ਨਹੀਂ ਪੈਦਾ ਕਰਦੀ, ਹੁਣ ਗੰਜੇ ਹੋ ਗਏ ਹੋ ਅਤੇ ਹੁਣ ਇਹ ਕੰਮ ਦੀ ਨਹੀਂ ਰਹੀ। ਸੋ ਅੱਜ ਉਹਨੂੰ ਕੋਈ ਜਵਾਬ ਨਹੀਂ ਸੀ ਆਇਆ। ਸੋ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਜੇ ਸਿੱਖ ਆਪਣੇ ਹੱਕ ਨੂੰ ਸਮਝ ਜਾਣ ਨਾ, ਸੰਵਿਧਾਨਕ ਤੌਰ ਦੇ ਉੱਪਰ ਤੁਸੀਂ ਮੰਨਦੇ ਹੋ ਵੀ ਖਾਲਿਸਤਾਨ ਲਵਾਂਗੇ? ਬਿਲਕੁਲ ਖਾਲਿਸਤਾਨ ਲਵਾਂਗੇ ਜੀ। ਖਾਲਿਸਤਾਨ ਲੈਣ ਤੋਂ ਬਾਅਦ ਅਸੀਂ ਦੇਖਾਂਗੇ ਵੀ ਟ੍ਰੀਟੀ ਦੇ ਨਾਲ, ਜਿਵੇਂ ਯੂਰਪ ਦੇ ਵਿੱਚ ਇੱਕ ਦੂਜੇ ਦੇ ਘਰ ਆਉਣ ਜਾਣ ਦੇ ਵਿੱਚ ਕੋਈ ਬਹੁਤੀ ਪਾਬੰਦੀ ਨਹੀਂ ਲੱਗਦੀ, ਹਾਂ, ਜਰਮਨ ਖਾਲਿਸਤਾਨ ਲੈਣ ਤੋਂ ਬਾਅਦ ਅਸੀਂ ਪਾਕਿਸਤਾਨ ਦੇ ਉਹਨਾਂ ਇਲਾਕਿਆਂ ਨਾਲ ਬਹੁਤ ਹੀ ਵਿਦਆਊਟ ਵੀਜ਼ਾ ਵਪਾਰ ਵਾਲੇ ਅਤੇ ਆਉਣ ਜਾਣ ਵਾਲੇ ਸੰਬੰਧ ਰੱਖਾਂਗੇ। ਇਹ ਸਾਡੀ ਅਗਲੀ ਨੀਤੀ ਹੈ, ਪਰ ਉਹ ਉਦੋਂ ਹੀ ਪ੍ਰੈਕਟੀਕਲ ਹੋਊਗੀ ਜਦੋਂ ਅਸੀਂ ਆਪਣੇ ਘਰ ਨੂੰ ਆਪਣੇ ਤੌਰ 'ਤੇ ਉਹਦੇ ਵਾਰਸ ਬਣ ਜਾਂਗੇ। ਲੜਾਈ ਨਹੀਂ ਅਸੀਂ ਚਾਹੁੰਦੇ, ਹਾਂ ਅਸੀਂ ਇੰਡੀਆ ਨੂੰ ਨਹੀਂ ਚਾਹੁੰਦੇ, ਕਿਉਂਕਿ ਜੇ ਗੱਲ ਬੜੀ ਲੰਬੀ ਹੋ ਜੂਗੀ, 1937 ਦੇ ਵਿੱਚ ਜਦੋਂ ਹਜੇ 47 ਨਹੀਂ ਸੀ ਆਇਆ, 37 ਵਿੱਚ ਅੰਗਰੇਜ਼ ਨੇ ਇੱਕ ਇਲੈਕਸ਼ਨ ਕਰਵਾਈ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਇਹਨਾਂ ਦੇ ਪਿਤਾ ਜੀ ਬਾਜਵਾ ਸਾਹਿਬ ਉਸ ਵਕਤ MLA ਬਣੇ ਸੀ। ਇਸ ਚੀਜ਼ ਦੇ ਉੱਤੇ ਮੈਂ ਜਾਣਾ ਚਾਹੁੰਦਾ ਕਿ ਅੰਗਰੇਜ਼ ਨੇ 3 ਕੌਮਾਂ ਮੰਨੀਆਂ, ਸਿੱਖ, ਹਿੰਦੂ ਅਤੇ ਮੁਸਲਮਾਨ। ਉਹਨਾਂ ਦੀ ਗਿਣਤੀ ਮੁਤਾਬਕ ਉਹਨਾਂ ਨੂੰ MP MLAਆਂ ਦੇ ਕੋਟੇ ਦਿੱਤੇ ਵੀ ਸਿੱਖ ਇੰਨੇ ਕੁ MLA ਖੜ੍ਹੇ ਕਰ ਸਕਦੇ ਨੇ, ਵੀ 5 MLA ਅਤੇ ਆਪਸੀ ਸਿੱਖ ਲੜ ਸਕਦੇ ਨੇ, ਇਹਨਾਂ 'ਤੇ ਮੁਸਲਮਾਨ ਅਤੇ ਇਹਨਾਂ 'ਤੇ ਹਿੰਦੂ। ਉਹ 3 ਕੌਮਾਂ ਨੂੰ ਮਾਨਤਾ ਦੇਤੀ ਉਸ ਵਕਤ ਦੀ ਬ੍ਰਿਟਿਸ਼ ਗੌਰਮੈਂਟ ਨੇ। ਜੇ ਸਾਡੀ ਲੀਡਰਸ਼ਿਪ ਉਸ ਚੀਜ਼ ਨੂੰ ਸਮਝਣ 'ਚ ਮੌਕੇ ਦੇ ਉੱਪਰ 47 'ਚ ਨਾਕਾਮ ਰਹੀ ਹੈ, ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਅਸੀਂ ਉਹਦਾ ਮਤਲਬ ਕਿ ਅੱਗੇ ਸਾਰੀ ਉਮਰ ਲਈ ਗੁਲਾਮ ਹੀ ਬਣੇ ਰਹਾਂਗੇ ਜੀ। ਉਹ 3 ਕੌਮਾਂ 'ਚੋਂ 2 ਕੌਮਾਂ ਤਾਂ ਆਪਣਾ ਆਪਣਾ ਦੇਸ਼ ਮਿਲ ਗਿਆ, ਤੀਜੀ ਕੌਮ ਨੇ ਜੇ ਵਿਸ਼ਵਾਸ ਕਰ ਲਿਆ ਅਤੇ ਵਿਸ਼ਵਾਸ ਘਾਤ ਵੀ ਹੋ ਗਿਆ ਅਤੇ ਉਹ ਚੁੱਪ ਕਰਕੇ ਬੈਠ ਜਾਵੇ। ਇਸ ਕਰਕੇ ਕਿ ਉਹਦੇ ਲੀਡਰ ਜਿਹੜੇ ਸੀ ਉਹ ਦੂਰ ਅੰਦੇਸ਼ ਨਹੀਂ ਸੀ, ਉਹ ਪੜ੍ਹੇ ਲਿਖੇ ਨਹੀਂ ਸੀ। ਜਿਨਹਾ ਵਕੀਲ ਆਕਸਫੋਰਡ ਦਾ, ਨਹਿਰੂ ਵਕੀਲ ਆਕਸਫੋਰਡ ਦਾ, ਗਾਂਧੀ ਵਕੀਲ ਅਫਰੀਕਾ ਦਾ, ਅਤੇ ਮੋਤੀ ਲਾਲ ਨਹਿਰੂ ਵੀ ਵਕੀਲ, ਅਤੇ ਸਾਡੇ ਮਾਸਟਰ ਜੀ ਪ੍ਰਾਇਮਰੀ ਸਕੂਲ ਦੇ ਅਧਿਆਪਕ। ਇੱਥੇ ਮਾਰ ਪਈ ਹੈ ਸਾਨੂੰ, ਓਕੇ, ਉਹ ਚੀਜ਼ ਸਮਝ ਹੀ ਨਹੀਂ ਸਕੇ ਜਿਹੜੀ ਇੱਕ ਕੌਮ ਨੂੰ ਲੀਡ ਕਰਨ ਲਈ ਕਿਸੇ ਖਿੱਤੇ ਦਾ ਕੀ ਮਹੱਤਵ ਹੁੰਦਾ ਹੈ। ਉਹ ਤਾਂ ਜਜ਼ਬਾਤੀ ਤੌਰ 'ਤੇ ਵੱਡਾ ਭਰਾ ਅਤੇ ਛੋਟਾ ਭਰਾ ਦੇ ਚੱਕਰਾਂ 'ਚ ਪੈ ਗਏ। ਵੱਡਾ ਭਰਾ ਛੋਟਾ ਭਰਾ ਆਪਣੀ ਜਗ੍ਹਾ, ਪਰ ਜਦੋਂ ਤੁਹਾਡੀ ਕੌਮ ਦੀ ਰਾਖੀ ਕਰਨੀ ਹੈ, ਤੁਹਾਨੂੰ ਕੋਈ ਜ਼ਿੰਮੇਵਾਰੀ ਹੈ ਵੀ ਪਰਸਨਲੀ ਤੌਰ 'ਤੇ ਬੜੇ ਸਮਝੌਤੇ ਹੋ ਜਾਂਦੇ ਆ ਭਰਾਵਾਂ ਭਰਾਵਾਂ ਦੇ ਆਪਸੀ ਹੋ ਗਏ, ਪਰ ਜਦੋਂ ਕੌਮੀ ਤੌਰ ਦੇ ਉੱਪਰ ਕਰਨਾ ਤੇ ਉਹ ਫਿਰ ਕੌਮਾਂ ਦੇ ਲੇਖੇ ਜੋ ਕਿ ਵਿਚਲੇ ਹੋਣੇ ਨੇ। ਬਿਲਕੁਲ ਬਿਲਕੁਲ, ਉਹ ਵੀ ਇਸ ਅਕਿਰਤਕਣ ਕੌਮ ਨਾਲ ਜਿਹੜੀ ਕਿ ਹਿੰਦੂ ਰਾਜਿਆਂ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਲੜੀ ਹੋਵੇ, ਅਤੇ ਫਿਰ ਬਿਨਾਂ ਕੁਝ ਲਿਖਤ ਪੜ੍ਹਦੇ ਅਸੀਂ ਇਤਬਾਰ ਕਰ ਲਈਏ? ਇਤਬਾਰ ਕਰ ਲੈਂਦੇ ਜੇ ਕਰਨਾ ਸੀ ਮਾਸਟਰ ਜੀ ਨੇ। ਮੇਰਾ ਸਵਾਲ ਇਹ ਹੈ ਵੀ ਕੋਈ ਡਾਕੂਮੈਂਟ ਤਾਂ ਤਿਆਰ ਕਰਦੇ। ਅੱਜ ਇੰਟਰਨੈਸ਼ਨਲ ਲੈਵਲ 'ਤੇ ਅਸੀਂ, ਹਾਂ ਸਾਡੇ ਕੋਲ ਇੱਕ ਵਿਰਾਸਤ ਹੈ, ਸੰਘਰਸ਼ ਹੈ, 47 ਤੋਂ ਬਾਅਦ ਵੀ ਅਸੀਂ ਟਿੱਕ ਕੇ ਨਹੀਂ ਬੈਠੇ। ਔਰ ਉਹੀ ਮਾਸਟਰ ਜੀ ਵਿਚਾਰੇ ਮਾਸਟਰ ਜੀ ਪਹਿਲੇ ਰਾਜਸੀ ਕੈਦੀ ਬਣੇ, 2.5-3 ਮਹੀਨੇ ਬਾਅਦ ਹੀ ਇਸੇ ਵੱਡੇ ਭਰਾ ਦੀ ਕੈਦ ਵਿੱਚ ਧਰਮਸ਼ਾਲਾ ਦੀ ਜੇਲ੍ਹ 'ਚ ਰਹੇ।
ਸੋ ਪਤਾ ਤਾਂ ਉਹਦੇ ਲੱਗ ਗਿਆ ਸੀ ਬਿਲਕੁਲ ਜੀ ਤੁਸੀਂ ਬੜੇ ਸੁੰਦਰ ਢੰਗ ਨਾਲ ਦੱਸਿਆ ਵੀ ਖਾਲਿਸਤਾਨ ਤੋਂ ਘੱਟ ਤੁਹਾਨੂੰ ਪ੍ਰਵਾਨ ਨਹੀਂ ਹੈ ਬਿਲਕੁਲ ਕਾਰਨ ਨੇ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਆ ਸੋ ਦਰਸ਼ਕੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਕਿਉਂਕਿ ਜੇ ਅਸੀਂ 84 ਦੀ ਗੱਲ ਕਰਨੀ ਹੈ ਤੇ ਸਾਨੂੰ ਪੂਰਾ ਉਸ ਗੱਲ ਬਾਰੇ ਜਾਣਕਾਰੀ ਰੱਖਣੀ ਪੈਣੀ ਹੈ ਵੀ 1982 ਦੇ ਵਿੱਚ ਧਰਮ ਯੁੱਧ ਮੋਰਚਾ ਲੱਗਦਾ ਹੈ ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿਹੜੀਆਂ ਨੇ ਉਹ ਹੈ ਆਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਮਤੇ ਪੜ੍ਹੇ ਜਾਂਦੇ ਨੇ ਖਾਲਿਸਤਾਨ ਮੁੱਖ ਮੰਗ ਨਹੀਂ ਰਹੀ ਪਰ ਭਾਈ ਸਾਹਿਬ ਨੇ ਬੜਾ ਸੁੰਦਰ ਕਲੀਅਰ ਕਰ ਦਿੱਤਾ ਵੀ ਠੀਕ ਹੈ ਮੁੱਖ ਮੰਗ ਨਹੀਂ ਰਹੀ ਪਰ ਬਾਬਾ ਜਰਨੈਲ ਸਿੰਘ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਸਾਨੂੰ ਨਾਲ ਰੱਖਣਾ ਤੇ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਜੇ ਰਹਿਣਾ ਅਸੀਂ ਬਰੋਬਰ ਦੇ ਸ਼ਰੀਕ ਬਣ ਕੇ ਰਹਿਣਾ ਪਰ ਜੇ ਕਿਤੇ ਇਸ ਤੋਂ ਬਾਅਦ ਉਹਨਾਂ ਨੂੰ ਸਾਰੇ ਸੰਕੇਤ ਮਿਲਦੇ ਗਏ ਦੂਰ ਅੰਦੇਸ਼ੀ ਸੀ ਅਤੇ ਇਹ ਗੱਲ ਇੱਕ ਦਿਨ ਕਹਿ ਦਿੱਤੀ ਵੀ ਜੇ ਸੱਚਮੁੱਚ ਦਰਬਾਰ ਸਾਹਿਬ ਦੇ ਅੰਦਰ ਮਿਲਟਰੀ ਵੜ ਜਾਂਦੀ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਸੋ ਪ੍ਰੋਫੈਸਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਦਿਨ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਹੁੰਦੀ ਹੈ ਅਸੀਂ ਉਸ ਦਿਨ ਤੋਂ ਮੰਨਦੇ ਹਾਂ ਕਿ ਨੀਂਹ ਰੱਖੀ ਗਈ ਇਹਨਾਂ ਨੇ ਅਤੇ ਇਹਨਾਂ ਦੀ ਪਾਰਟੀ ਦਾ ਇਹ ਕਹਿਣਾ ਹੈ ਕਿ ਅਸੀਂ ਉਸੇ ਵਿਚਾਰਧਾਰਾ ਨੂੰ ਲੈ ਕੇ ਅੱਗੇ ਚੱਲਦੇ ਹਾਂ ਸੋ ਦਰਸ਼ਕੋ ਇਹ ਸੀ 1984 ਦੇ ਅੰਦਰ ਮੰਗਾਂ ਨੂੰ ਲੈ ਕੇ ਇੱਕ ਵਿਸ਼ੇਸ਼ ਇੰਟਰਵਿਊ ਇੱਕ ਦਸਤਾਵੇਜ਼ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਣਾ ਮੈਂ ਆਪਣਾ 6ਵਾਂ ਭਾਗ ਲੈ ਕੇ 6ਵਾਂ ਐਪੀਸੋਡ ਲੈ ਕੇ ਤਾਂ ਕਿ ਸਾਰੀ ਦੀ ਸਾਰੀ ਗੱਲ ਕਲੀਅਰ ਹੁੰਦੀ ਜਾਵੇ ਜਿਹਦੇ ਵਿੱਚ ਮਾਮਲਾ ਕਲੀਅਰ ਕਰਾਂਗੇ ਧਰਮੀ ਫੌਜੀਆਂ ਬਾਰੇ ਕੌਣ ਸਨ ਧਰਮੀ ਫੌਜੀ ਕੀ ਕਰਦੇ ਨੇ ਕਿਉਂ ਨਹੀਂ ਕੌਮ ਨੇ ਉਹਨਾਂ ਦੀ ਬਾਂਹ ਫੜੀ ਜਿਹਨਾਂ ਨੇ ਕੌਲ ਦਿੱਤੀ ਸੀ ਉਹਨਾਂ ਨੇ ਵੀ ਉਹਨਾਂ ਦਾ ਖਿਆਲ ਕਿਉਂ ਨਹੀਂ ਰੱਖਿਆ ਸਾਰੇ ਮਾਮਲੇ ਦੀ ਜਾਣਕਾਰੀ ਲੈਂਦੇ ਹਾਂ ਆਓ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆ ਰਿਹਾ ਮੈਂ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अकाल चैनल नू सब्सक्राइब करो नवी वीडियोस दी नोटिफिकेशन दे लई बेल आइकन नू क्लिक करना ना भूलना।